ਕਾਦੀਆਂ ਦੇ ਪਿੰਡ ਤਤਲੇ ਵਿੱਚ ਕੱਲ ਵੋਟਾਂ ਦੌਰਾਨ ਹੋਏ ਝਗੜੇ ਵਿੱਚ ਅਕਾਲੀ ਵਰਕਰ ਨਾਲ ਕਾਂਗਰਸੀਆਂ ਵੱਲੋਂ ਕੁੱਟਮਾਰ ਕਰ ਦਸਤਾਰ ਦੀ ਬੇਅਦਬੀ ਕੀਤੀ ਗਈ। ਇਸੇ ਤਹਿਤ ਅੱਜ ਥਾਣਾ ਸ਼ੇਖਵਾਂ ਵਿੱਚ ਅਕਾਲੀਆਂ ਵੱਲੋਂ ਕਾਂਗਰਸ ਸਰਪੰਚ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਰੇਬਾਜ਼ੀ ਕੀਤੀ ਗਈ। ਅਕਾਲੀ ਵਰਕਰਾਂ ਨੇ ਕਿਹਾ ਕਿ ਜੇ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਉੱਚ ਅਧਿਕਾਰੀ ਤੱਕ ਆਪਦੀ ਆਵਾਜ਼ ਪਹੁੰਚਾਵਾਂਗੇ। ਜਦੋਂ ਇਸ ਬਾਰੇ ਕਾਂਗਰਸੀ ਸਰਪੰਚ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਝਗੜੇ ਦੌਰਾਨ ਮੈਂ ਵੋਟਿੰਗ ਬੂਥ 'ਤੇ ਮੌਜੂਦ ਹੀ ਨਹੀਂ ਸੀ। ਕੱਲ੍ਹ ਜੋ ਕਿ ਸਾਡੇ ਪਿੰਡ ਦੇ ਵਿੱਚ ਵੋਟਾਂ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ, ਉਸ ਦੇ ਵਿੱਚ ਮੈਂ ਪੋਲਿੰਗ ਏਜੰਟ ਸੀਗਾ ਜੀ। ਉੱਥੇ ਸ਼ਾਮ ਦੇ ਵੇਲੇ 4 ਵਜੇ ਦੇ ਵੇਲੇ ਜਸਪਾਲ ਤਤਲਾ ਆਇਆ ਵਾ, ਜਸਪਾਲ ਤਤਲੇ ਦਾ ਮੁੰਡਾ ਆਇਆ ਪਹਿਲੋਂ, ਉਹ ਮੈਨੂੰ ਧੱਕਾ ਮਾਰ ਕੇ ਗਿਆ ਵਾ। ਇਹ ਕਾਂਗਰਸੀ ਲੀਡਰਾਂ ਨੇ ਸਲਾਹ ਕਰਕੇ ਇਹ ਉੱਥੇ ਭੇਜੇ ਬੰਦੇ 10-12 ਅਤੇ ਮੇਰੇ 'ਤੇ ਆਣ ਕੇ ਵਾਰ ਕੀਤੇ ਆ, ਮੇਰੇ 'ਤੇ ਆਣ ਕੇ ਮੁੱਕੀਆਂ ਮਾਰੀਆਂ ਵਾ, ਮੇਰੇ ਪੱਗ ਲਾਈ, ਮੇਰੇ ਕੇਸਾਂ ਦੀ ਬੇਅਦਬੀ ਕੀਤੀ ਆ, ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਆ। ਪਰ ਇਹ ਕਾਂਗਰਸ ਵਾਲਿਆਂ ਨੇ ਇੰਨਾ ਕੁ ਧੱਕਾ ਕੀਤਾ, ਅੱਜ ਇਹ ਸਾਰੇ ਜਿੰਨੇ ਵੀ ਨਾਲ ਆਏ ਆ ਸੰਗਤ ਸਾਰੀ ਇੰਨੇ ਕੁ ਵਿਰੋਧ ਕਰਨ ਡੀ ਆ ਵੀ ਇਹ ਬੰਦੇ ਨੇ ਬਹੁਤ ਜ਼ਿਆਦਾ ਗਲਤ ਕੀਤਾ ਵਾ। ਜੇ ਉੱਦਾਂ ਗੱਲ ਸੀ ਤਾਂ ਉੱਦਾਂ ਗੱਲ ਕਰਕੇ ਪੁੱਛ ਕੇ ਦੱਸਦੇ ਵੀ ਅਸੀਂ ਜੇ ਗਲਤੀ ਤਾਂ ਆਪਾਂ ਮੰਨ ਲੈਂਦੇ, ਪਰ ਸਾਡੀ ਗਲਤੀ ਕੋਈ ਨਹੀਂ। ਇਹ ਜਾਲੀ ਵੋਟਾਂ ਪਾਉਂਦੇ ਰਹੇ ਸਾਰੀ ਦਿਹਾੜੀ, ਨੰਗਾ ਨਾਚ ਨੱਚਿਆ ਅੰਦਰ ਸਾਰੀ ਦਿਹਾੜੀ ਇਹਨਾਂ ਨੇ ਆਪ ਜਸਪਾਲ ਦੇ ਪਿਓ ਨੇ ਗਲਤ ਵੋਟਾਂ ਪਾਈਆਂ। ਜਸਪਾਲ ਸਿੰਘ ਤਤਲ ਕਾਂਗਰਸ ਪਾਰਟੀ ਦਾ ਜੋ ਕਿ ਸਕੱਤਰ ਆ, ਇਹਨਾਂ ਨੇ ਸਾਰੀ ਦਿਹਾੜੀ 'ਚ ਗਲਤ ਵੋਟਾਂ ਪਾਈਆਂ। ਅਸੀਂ ਥੋੜ੍ਹਾ ਜਿਹਾ ਇੰਨਾ ਕੁ ਵਿਰੋਧ ਕੀਤਾ ਵੀ ਤੁਸੀਂ ਚਲੋ ਸਹੀ ਵੋਟਾਂ ਪਾਓ, ਜਿਹੜਾ ਤੁਹਾਨੂੰ ਹਾਥੀ ਫੜਾਉਂਦਾ ਫੜ ਲਓ ਪਾ ਲਓ, ਪਰ ਇੱਦਾਂ ਨਾ ਕਰੋ, ਕਿਸੇ ਦੀਆਂ ਜਾਲੀ ਵੋਟਾਂ ਨਾ ਪਾਓ। ਇਹਨਾਂ ਜਾਲੀ ਵੋਟਾਂ ਪਾਈਆਂ ਸਾਰੀ ਦਿਹਾੜੀ, ਕੋਈ ਕਿਸੇ ਨੂੰ ਨਹੀਂ ਸਮਝਿਆ, ਕੋਈ ਇਹਨਾਂ ਨੇ ਲੋਕਤੰਤਰ ਨੂੰ ਨਹੀਂ ਸਮਝਿਆ। ਇਹਨਾਂ ਨੇ ਸ਼ਰੇਆਮ ਧੱਕੇਸ਼ਾਹੀ ਕੀਤੀ ਆ ਅਤੇ ਮੇਰੇ ਕੇਸਾਂ ਦੀ ਬੇਅਦਬੀ ਮੈਨੂੰ ਅੰਦਰੋਂ ਖਿੱਚ ਕੇ ਬਾਹਰ ਲਿਆਂਦਾ ਵਾ। ਮੈਂ ਭੱਜਣ ਦੀ ਕੋਸ਼ਿਸ਼ ਕੀਤੀ, ਆਪਣੇ ਕੇਸ ਬਚਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਆਣ ਕੇ ਇੱਕ ਗੋਦਾ ਅਤੇ ਜਸਪਾਲ ਤਸਲਾ ਆਇਆ ਨਾਲ, ਉਹਨੇ ਨਾਲ ਪੱਗ ਲਵਾ ਕੇ ਮੇਰੀ ਨਾਲ ਸਾਵੇਂ ਮੇਰੇ ਕੇਸਾਂ ਤੋਂ ਫੜ ਕੇ ਮੇਰੇ ਖਿੱਚਿਆ ਵਾ। ਅਤੇ ਮੁੰਡਾ ਤਰਨਜੀਤ ਸਿੰਘ ਆ, ਉਹਨੇ ਪਹਿਲਾਂ ਮੇਰੇ ਆਣ ਕੇ ਮੋਢੇ 'ਤੇ ਇੱਦਾਂ ਮਾਰ ਕੇ ਮੁੱਕੀ, ਮੈਨੂੰ ਪਛਾਹ ਕੀਤਾ। ਅਤੇ ਗੇਲੂ ਜਨ ਕਿ ਇਹ 10-12 ਬੰਦੇ ਆ ਕਰੀਬ, ਜਾਂ 5-6 ਬੰਦੇ ਆ ਜਿਨ੍ਹਾਂ 'ਤੇ ਮੈਨੂੰ ਨਾਵਾਂ ਦਾ ਪਤਾ, ਬਾਕੀ ਅਣਪਛਾਤੇ ਆ। ਮੇਰੀ ਜਾਤੀ ਦੇ ਖਿਲਾਫ ਅਪਸ਼ਬਦ ਬੋਲੇ ਆ ਜਸਪਾਲ ਨੇ ਆਣ ਕੇ, ਵੀ ਇਹ ਬੰਦਾ ਜਿਹੜਾ ਇੱਥੋਂ ਜਾਵੇ ਨਾ ਹੁਣ ਨਿਕਲ ਕੇ। ਫਿਰ ਉਸ ਤੋਂ ਬਾਅਦ 'ਚ ਮੈਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਅਤੇ ਮੈਂ ਹੁਣ ਸਿੱਖ ਜਥੇਬੰਦੀਆਂ ਅੱਗੇ ਵੀ ਬੇਨਤੀ ਕਰਦਾ ਵਾਂ, ਸਿੱਖ ਜਥੇਬੰਦੀਆਂ ਵੀ ਬੇਨਤੀ ਕਰਦਾ ਵਾਂ ਕਿ ਇਹਦੇ ਵਿੱਚ ਪਾਰਟੀਬਾਜ਼ੀ ਵਾਲੀ ਕੋਈ ਗੱਲ ਨਹੀਂ ਆ। ਪਾਰਟੀਆਂ ਤਾਂ ਇੱਦਾਂ ਹੀ ਚੱਲਦੀਆਂ ਰਹਿੰਦੀਆਂ ਵਾ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ, ਪਰ ਇੱਕ ਅੰਮ੍ਰਿਤਧਾਰੀ ਸਿੰਘ ਦੇ ਕੇਸਾਂ ਦੀ ਸ਼ਰੇਆਮ ਬੇਅਦਬੀ ਕੀਤੀ ਜਾਵੇ, ਸ੍ਰੀ ਸਾਹਿਬ ਤੋਂ ਫੜ ਕੇ ਮੈਨੂੰ ਘੁੰਮਾਇਆ ਜਾਵੇ, ਮੇਰੇ ਉੱਤੇ ਚੜ੍ਹ ਕੇ ਇਹਨਾਂ ਨੇ ਮੇਰੇ ਕੇਸ ਪੁੱਟੇ ਆ, ਅਤੇ ਇਹ ਸ਼ਰੇਆਮ ਇਹਨਾਂ ਨੇ ਇੱਕ ਉਹ ਗੁੰਡਾਗਰਦੀ ਕੀਤੀ ਆ। ਮੈਂ ਇਹੋ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ। ਮੈਂ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਵਾਰ ਵਾਰ ਕਰਦਾ ਵਾਂ, ਪੁਲਿਸ ਡਈ ਆ ਚਲੋ ਕਾਰਵਾਈ ਕਰਨ, ਫਿਲਹਾਲ ਅਜੇ ਕਾਰਵਾਈ ਕਰਨ ਡੀ ਆ, ਇਹਨਾਂ ਤੋਂ ਆਸ ਹੈਗੀ ਆ ਵੀ ਚਲੋ ਕਰਨਗੇ, ਜੇ ਨਹੀਂ ਕਰਨਗੇ ਤਾਂ ਫਿਰ ਆਪਾਂ ਅੱਗੇ ਵੀ ਜਾਵਾਂਗੇ, ਜਿੱਥੋਂ ਤੱਕ ਸਾਡੇ ਕੋਲ ਪਹੁੰਚਣਾ ਪਊਗਾ ਅਸੀਂ ਪਹੁੰਚਾਂਗੇ। ਇਸ ਕਰਕੇ ਮੈਂ ਇੰਨੀ ਕੁ ਬੇਨਤੀ ਕਰਦਾ ਕਿ ਪ੍ਰਸ਼ਾਸਨ ਅੱਗੇ ਕਿ ਮੈਨੂੰ ਇਨਸਾਫ ਦਵਾਇਆ ਜਾਏ, ਅਤੇ ਇਹ ਚੀਜ਼ ਦੇ ਕੇਸਾਂ ਦੀ ਜਿਹੜੀ ਇਹਨੇ ਸ਼ਰੇਆਮ ਬੇਅਦਬੀ ਕੀਤੀ ਸਾਰਿਆਂ ਦੇ ਵਿੱਚ, ਇਹ ਚੀਜ਼ ਦਾ ਇਹਦੇ ਕੋਲ ਬਦਲਾ ਲਿਆ ਜਾਏ। ਅੱਜ ਅਸੀਂ ਇੱਥੇ ਸੇਖਵਾਂ ਥਾਣੇ ਆਏ ਹਾਂ, ਜਿਹੜੀ ਕੱਲ੍ਹ ਦੀ ਘਟਨਾ ਸਾਡੇ ਪਿੰਡ ਤਤਲੇ ਵਿੱਚ ਵਾਪਰੀ ਆ। ਇੱਕ ਅੰਮ੍ਰਿਤਧਾਰੀ ਸਿੰਘ ਨੂੰ, ਜਿਹਨੂੰ ਮੈਂ ਇਸ ਵਾਰ ਨਹੀਂ ਪਿਛਲੀਆਂ 5-6 ਇਲੈਕਸ਼ਨਾਂ 'ਚ ਪੋਲਿੰਗ ਏਜੰਟ ਬਣਾਉਂਦਾ ਰਿਹਾ, ਐਰਕਾਂ ਇਸ ਕਾਂਗਰਸ ਪਾਰਟੀ ਵਾਲਿਆਂ ਕਿਤੇ ਹੁਣ ਪਤਾ ਅੱਜ ਲੱਗਾ ਵੀ ਇਹਨਾਂ ਨੇ ਸਲਾਹ ਕੀਤੀ ਸੀ ਵੀ ਇਹਨਾਂ ਦੇ ਪੱਗਾਂ ਲਾਉਣੀਆਂ ਜਿਹੜੇ ਬੰਦੇ ਅੰਦਰ ਬੈਠੇ ਹੋਏ, ਅਤੇ ਇਹਨਾਂ ਨੂੰ ਗਾਂ ਪੰਚਾਇਤ ਇਲੈਕਸ਼ਨ 'ਚ ਬਹਿਣਗੇ ਇਹਨਾਂ ਦਾ, ਸਾਨੂੰ ਸੌਖੀ ਹੋ ਜੂ ਪੰਚਾਇਤ ਇਲੈਕਸ਼ਨ ਲੜਨੀ। ਉਹਦੇ ਮਤਹਿਤ ਇਹਨਾਂ ਨੇ ਮੇਰੇ ਇਸ ਵਰਕਰ ਦੀ, ਜਿਹੜਾ ਅਕਾਲੀ ਦਲ ਦਾ ਸੀਨੀਅਰ ਵਰਕਰ ਹੈ ਇਸ ਪਾਰਟੀ ਦਾ ਔਰ ਇਸ ਬਰਾਦਰੀ ਦਾ, ਇਹ ਮੇਰੇ ਨਾਲ ਹੁੰਦੇ ਆ, ਇਹਨਾਂ ਦੀ ਜਾਣ ਬੁੱਝ ਕੇ ਕੱਲ੍ਹ ਮਾਰ ਕਟਾਈ ਕੀਤੀ। ਮੈਂ ਤਾਂ ਸਮਝਦਾ ਹਾਂ ਵੀ 4:30 ਦਾ ਟਾਈਮ ਹੋ ਗਿਆ, ਇਲੈਕਸ਼ਨ ਬੰਦ ਹੋਣ ਵਾਲੀ, 100-150 ਵੋਟ ਰਹਿੰਦੀ ਸੀ ਉਦੋਂ ਪੈਣ ਵਾਲੀ, ਇਹਦੇ ਅੰਦਰ ਜਿਹੜੀ ਆ ਗਈ ਸੀ ਉਹ ਪੈਣੀ ਸੀ, ਅਤੇ ਉਦੋਂ ਇਹ ਜਸਪਾਲ ਆਇਆ ਭੱਜਾ, ਇਹ ਮੈਂ ਭੱਜਾ ਆਉਂਦਾ ਜ਼ਰੂਰ ਦੇਖਿਆ, ਇਹਨੇ ਆਉਂਦੇ ਨੇ ਕਿਤੇ ਇਹ ਮੁੰਡੇ ਦੇ ਸਿਰ 'ਚ ਮੁੱਕੀਆਂ ਮਾਰੀਆਂ ਅਤੇ ਇਹਨੂੰ ਮਾਰ ਕੁੱਟ ਕਰਨ ਲੈ ਪਏ। ਇਹਦੇ ਨਾਲ ਸੀ ਇੱਕ ਬੰਦਾ, ਇਹ ਮੁੰਡੇ ਦੇ ਦੱਸਣ ਮੁਤਾਬਕ ਉਹਨੇ ਇਹਦੀ ਪੱਗ ਲਾ ਛੱਡੀ ਅਤੇ ਇਹਨੂੰ ਮਾਰਿਆ। 5-4 ਬੰਦੇ ਹੋਰ ਸੀ ਜਿਹੜੇ ਇਹਦੇ ਹੱਥੀਂ ਪਏ, ਇਹ ਇਕੱਲਾ ਹੋਣ ਦੇ ਨਾਤੇ ਡਿੱਗ ਪਿਆ, ਇਹਨੂੰ ਠੁੱਡੇ ਵੀ ਮਾਰੇ ਔਰ ਇਹਨੂੰ ਮਾਰਦੇ ਰਹੇ। 5 ਬੰਦੇ 4 ਜਿਹੜੇ ਨਾਲ ਹੋਰ ਵੀ 7-8 ਬੰਦੇ ਸੀ ਇਹਦੇ, ਉਹ ਬੰਦੇ ਇਹਨੂੰ ਜਾਣਦਾ ਆ। ਉਹਨਾਂ ਬੰਦਿਆਂ ਦਾ ਅਸੀਂ ਜਿੰਨਾ ਡਟ ਕੇ ਵਿਰੋਧ ਕਰਾਂਗੇ,
ਔਰ ਲੜਾਂਗੇ ਮਰਾਂਗੇ ਇਸ ਗੱਲ ਤੇ ਜੇ ਸਾਡੇ ਕਿਸੇ ਵਰਕਰ ਨੂੰ ਇਸ ਤੋਂ ਗਾਂ ਵੀ ਕਿਤੇ ਹੱਥ ਲਾਇਆ ਤੇ ਸਾਥੋਂ ਵੀ ਜੋ ਹੋਊ ਅਸੀਂ ਕਰਾਂਗੇ ਹੁਣ ਅੱਜ ਅਸੀਂ SHO ਸਾਹਿਬ ਨਾਲ ਬੇਨਤੀ ਕੀਤੀ ਆ ਜੇ ਉਹ ਸਾਡੀ ਆਉਂਦੇ ਨੇ ਸਾਨੂੰ ਉਹਨਾਂ ਵਿਸ਼ਵਾਸ ਦਵਾਇਆ ਵੀ ਅਸੀਂ ਬਿਲਕੁਲ ਹੱਕੀ ਕਰਾਂਗੇ ਤੇ ਜੇ ਉਹ ਕੇਸ ਦਰਜ ਕਰਦੇ ਆ ਤੇ ਬਹੁਤ ਅਸੀਂ ਉਹਨਾਂ ਦੇ ਦੇਣਦਾਰ ਹਾਂ ਅਸੀਂ ਧੰਨਵਾਦੀ ਹੋਵਾਂਗੇ ਜੇਕਰ ਕੋਈ ਢਿੱਲ ਮੱਠ ਜਾਪੀ ਤੇ ਅਸੀਂ ਗ੍ਰੇਜ ਨਹੀਂ ਕਰਾਂਗੇ ਭਾਵੇਂ ਉੱਪਰ ਅਫਸਰਾਂ ਨੂੰ ਭਾਵੇਂ ਸਾਨੂੰ ਜਿਹਦੇ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ। ਜ਼ਿਲ੍ਹੇ ਗੁਰਦਾਸਪੁਰ ਦੇ ਵੀ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਰਿਪੋਰਟਾਂ ਆਈਆਂ। ਮੈਂ ਕੱਲ੍ਹ ਖੁਦ ਜਿਹੜਾ ਸ੍ਰੀ ਹਰਗੋਬਿੰਦਪੁਰ ਹਲਕੇ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੇ ਨਾਲ ਵੱਖ ਵੱਖ ਬੂਥਾਂ 'ਤੇ ਗਿਆ। ਇੱਕ ਬੂਥ ਦੇ ਉੱਤੇ ਸਾਡੇ ਜਿਹੜਾ ਰੰਗੜ ਨੰਗਲ ਜ਼ੋਨ ਉੱਥੇ ਉਮੀਦਵਾਰ ਜਿਹੜਾ ਸੀਗਾ ਬਲਾਕ ਸੰਮਤੀ ਦਾ ਅੰਗਰੇਜ਼ ਸਿੰਘ ਅਕਾਲੀ ਦਲ ਦਾ ਉਹਦੇ ਨਾਲ ਧੱਕਾ ਮੁੱਕੀ ਕੀਤੀ ਗਈ ਇਸੇ ਤਰ੍ਹਾਂ ਉਹਦੀ ਵੀ ਦਸਤਾਰ ਉਤਾਰੀ ਗਈ ਅਤੇ ਸ਼ਾਮ ਨੂੰ ਜਿਹੜੀ ਆ ਰਣਦੀਪ ਸਿੰਘ ਤਤਲਾ ਦੀ ਵੀ ਖਬਰ ਮਿਲੀ ਕਿ ਇਹਦੇ ਨਾਲ ਕੁੱਟਮਾਰ ਕਰਕੇ ਇਹਨੂੰ ਅਪਸ਼ਬਦ ਬੋਲ ਕੇ ਅਤੇ ਨਾਲ ਹੀ ਇਹਦੀ ਦਸਤਾਰ ਉਤਾਰੀ ਗਈ ਅਤੇ ਇਹਦੇ ਕਕਾਰਾਂ ਦੀ ਜਿਹੜੀ ਆ ਉਹ ਵੀ ਬੇਇੱਜ਼ਤੀ ਕੀਤੀ ਗਈ ਕਕਾਰਾਂ ਤੋਂ ਫੜ ਕੇ ਜਿਹੜਾ ਇਹਦੀ ਜਿਹੜੀ ਆ ਕੁੱਟਮਾਰ ਕੀਤੀ ਗਈ। ਮੈਂ ਸਮਝਦਾ ਇਹ ਬਹੁਤ ਅਤ ਨਿੰਦਣਯੋਗ ਆ। ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਕੱਲ੍ਹ ਜਿਹੜਾ ਸਾਡੇ ਅਕਾਲੀ ਵਰਕਰਾਂ ਦੇ ਨਾਲ ਧੱਕੇਸ਼ਾਹੀਆਂ ਹੋਈਆਂ ਨੇ ਇਹ ਕੋਈ ਮੈਂ ਸਮਝਦਾ ਲੋਕਤੰਤਰ ਦਾ ਘਾਣ ਆ ਇਹ ਕੋਈ ਚੋਣਾਂ ਨੀਗੀਆਂ। ਜੇਕਰ ਕਾਂਗਰਸ ਚਾਹੁੰਦੀ ਸੀ ਕਿ ਅਸੀਂ ਕੋਈ ਪੰਜਾਬ ਦੇ 'ਚ ਇਹ ਡੇਢ ਸਾਲ ਦੇ 'ਚ ਕਰਵਾਇਆ ਕੋਈ ਵਿਕਾਸ ਕਰਵਾਇਆ ਜਾਂ ਆਪਣੇ ਕੀਤੇ ਹੋਏ ਵਾਅਦੇ ਪੂਰੇ ਕੀਤੇ ਨੇ ਤਾਂ ਉਹਨਾਂ ਨੂੰ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਸੀ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਕਿ ਅੱਜ ਸਾਡੀ ਪਾਰਟੀ ਜਿਹੜੀ ਆ ਉਹ ਕਿਸ ਪੁਜੀਸ਼ਨ ਦੇ ਉੱਤੇ ਖਲੋਤੀ ਆ। ਸੋ ਇਹ ਸ਼ਰਾਸ਼ਰ ਧੱਕੇਸ਼ਾਹੀ ਆ। ਇਹ ਲੋਕ ਇਹਨਾਂ ਦੇ ਲੀਡਰ ਕਾਂਗਰਸੀਆਂ ਦੇ ਕਹਿੰਦੇ ਸਨ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦੇਣਗੇ ਪਰ ਇਹਨਾਂ ਨੇ ਧੱਕੇਸ਼ਾਹੀਆਂ ਨਾਲ ਇਹ ਚੋਣਾਂ ਜਿੱਤੀਆਂ ਨੇ। ਅਗਰ ਜੇ ਇਹ ਧੱਕੇਸ਼ਾਹੀਆਂ ਨਾ ਕਰਦੇ ਤਾਂ ਫਿਰ ਪਤਾ ਲੱਗਦਾ ਵੀ ਇਹਨਾਂ ਦੇ ਮਗਰ ਕਿੰਨੀ ਕੁ ਪੰਜਾਬ ਦੀ ਜਨਤਾ ਹੈ। ਸੋ ਮੈਂ ਆਸ ਕਰਦਾ ਕਿ ਜਿਹੜੀ ਇਹ ਨੌਜਵਾਨ ਵੀਰ ਰਣਦੀਪ ਸਿੰਘ ਤਤਲਾ ਦੇ ਨਾਲ ਧੱਕੇਸ਼ਾਹੀ ਹੋਈ ਆ ਅਸੀਂ SHO ਸਾਹਿਬ ਨੂੰ ਮਿਲੇ ਹਾਂ ਉਹਨਾਂ ਨੇ ਪੂਰੀ ਕਾਰਵਾਈ ਕਰਨ ਦਾ ਵਿਸ਼ਵਾਸ ਦਵਾਇਆ ਅਤੇ ਮੈਨੂੰ ਆਸ ਆ ਕਿ ਸਾਨੂੰ ਜਿਹੜਾ ਇੱਥੋਂ ਇਨਸਾਫ ਮਿਲਣ ਦੀ ਆਸ ਹੈ। ਜੇ ਇਨਸਾਫ ਨਾ ਮਿਲਿਆ ਤਾਂ ਅੱਗੇ ਸਾਨੂੰ ਜਿੱਥੇ ਵੀ ਜਾਣ ਦੀ ਲੋੜ ਪਈ ਆਪਾਂ ਜਿਹੜਾ ਉੱਤੋਂ ਗੁਰੇਜ਼ ਨਹੀਂ ਕਰਾਂਗੇ। ਜੇਕਰ SSP ਤੱਕ ਪਹੁੰਚ ਕਰਨ ਦੀ ਪਈ ਲੋੜ ਜਾਂ ਸਾਨੂੰ ਕੋਰਟ ਕਚਹਿਰੀ ਤੱਕ ਜਾਣ ਦੀ ਲੋੜ ਪਈ ਤਾਂ ਇਨਸਾਫ ਲੈ ਕੇ ਰਹਾਂਗੇ। ਧੰਨਾਂ ਦਾ ਵੀ ਵਜ੍ਹਾ ਹੀ ਆ। ਕੱਲ੍ਹ ਕੋਈ ਆਇਆ ਸੀ ਇਹਨਾਂ ਦਾ ਮਸਲਾ ਇਲੈਕਸ਼ਨ 'ਚ ਝਗੜਾ ਹੋਇਆ ਸੀ ਅਤੇ ਇਹਨਾਂ ਨੂੰ ਕੱਲ੍ਹ ਹੀ ਪ੍ਰੋਸੈਸ ਵੀ ਜੋ ਲੀਗਲ ਕਾਰਵਾਈ ਬਣਦੀ ਹੈ ਆਪਾਂ ਕਰਾਂਗੇ ਅਤੇ ਬਿਜੀ ਹੋਣ ਦੇ ਨਾਤੇ ਉੱਥੇ ਜਮੇਰ ਬੰਦੇ ਸਤਨਾਰ ਸਿੰਘ ਤਤਲਾ ਉਹਨਾਂ ਨੂੰ ਪੁਲਿਸ ਰਿਹਾ ਸੀ ਉਹ ਬਾਈ ਨੇਮ ਤਾਂ ਪਤਾ ਨਹੀਂ ਉਹਨਾਂ ਨਹੀਂ ਦਿਖਾਏ ਬਟ ਕੈਂਡੀਡੇਟ ਇੱਕ ਹੈ ਸਾਡੇ ਕਸ਼ਮੀਰ ਕੌਰ ਉਹਦਾ ਲੜਕਾ ਜਸਪਾਲ ਸਿੰਘ ਉਹ ਕਾਂਗਰਸ ਪਾਰਟੀ ਵੱਲੋਂ ਆ ਉਹ ਉਹਦਾ ਬੇਟਾ ਅਤੇ ਦੋ ਨਾਲ ਰੈਲੇਟਿਵ ਨੇ ਉਹਨਾਂ ਦੇ ਉਹਨਾਂ 'ਤੇ ਇਲਜ਼ਾਮ ਲਾ ਰਹੇ ਵੀ ਉਹਨਾਂ ਕੋਲ ਕੇਸ ਜੋ ਸਟੇਟਮੈਂਟ ਲਿਖਣਗੇ ਉਹਦੇ ਆਧਾਰ 'ਤੇ ਜੋ ਬਣਦੇ ਬਸ FLI ਕੀਤੀ ਹੈ। ਜਾਤ ਪਾਤ ਦੀ ਗੱਲ ਤਾਂ ਹੋ ਸਕਦੀ ਹੈ ਜੇ ਮੈਂ ਕਿਸੇ ਝਗੜੇ ਦੇ ਵਿੱਚ ਹੋਵਾਂ ਜਾਂ ਮੈਨੂੰ ਕਿਸੇ ਝਗੜੇ ਬਾਰੇ ਪਤਾ ਹੋਵੇ। ਮੈਂ ਤਾਂ ਉਸ ਟਾਈਮ ਆਇਆ ਵਾਂ ਜਦੋਂ ਮੈਨੂੰ ਪੁਲਿਸ ਬਾਰੇ ਪਤਾ ਲੱਗਾ ਵੀ ਪਿੰਡ ਮਤਲਬ ਜਿਹੜੇ ਆ SHO ਸਿੱਖਾਂ ਆਇਆ ਵਾ ਮੈਂ ਉਸ ਤੋਂ ਬਾਅਦ ਆਇਆ ਅਤੇ ਝਗੜਾ ਹੋਇਆ ਜਾਂ ਨਹੀਂ ਹੋਇਆ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿਸ ਨਾਲ ਹੋਇਆ ਵੀ ਨਹੀਂ ਪਤਾ।